दाने चंगे लगते ने पर पक्का चंगिया लगदियां नी। क्या बात है तेरा पी, जे हक मांग ले कह देना खालसतानी है। क्या करती भाई ने गल। हां जी सत श्री अकाल दोस्तों, की हाल चाल ने सारेयां दे। लो जी अज आपां सोंग सुणांगे जग्गी बाई दा, ते जिसका नाम है रियलिटी चेक। ਇਦਾਂ ਲੱਗ ਰਿਹਾ ਵੀ ਕੋਈ ਸੱਚਾਈ ਲਿਖੀ ਉਹ ਬਾਈ ਨੇ ਨਾ। ਪਹਿਲਾ ਗਾਣੇ ਜਿਹੜੇ ਆਪਾਂ ਬਾਈ ਦੇ ਸੁਣੇ ਆ, ਰਿਐਕਸ਼ਨ ਦਿੱਤਾ ਜਿਹੜੇ ਗਾਣਿਆਂ ਤੇ, ਉਹ ਗਾਣੇ ਸੀਗੇ ਬਹੁਤ ਵਧੀਆ। ਤੇ ਉਹ ਗਾਣਿਆਂ ਦੇ ਵਿੱਚ ਕੁਛ ਨਾ ਕੁਛ ਜਿਹੜੀ ਲੋਕਾਂ ਦੀ ਸੱਚਾਈ ਆ, ਅੱਜ ਕੱਲ੍ਹ ਦੇ ਜਿਹੜੇ ਲੋਕਾਂ ਦੇ ਮਨ ਨੇ, ਉਹਨਾਂ ਦੀ ਗੱਲ ਬਾਈ ਨੇ ਕੀਤੀ ਸੀਗੀ ਵੀ ਮੂੰਹ ਤੇ ਕੁਛ ਹੋਰ ਹੁੰਦੇ ਆ ਤੇ ਪਿੱਠ ਪਿੱਛੇ ਕੁਛ ਹੋਰ ਹੁੰਦੇ ਆ, ਹੈ ਨਾ। ਤੇ ਹੋਰ ਕਾਫੀ ਉਸ ਗਾਣਿਆਂ ਦੇ ਵਿੱਚ ਬਾਈ ਨੇ ਗੱਲਾਂ ਕੀਤੀਆਂ ਸੀ, ਹੈ ਨਾ। ਤੇ ਅੱਜ ਆਪਾਂ ਇਹ ਗਾਣੇ ਦੇ ਵਿੱਚ ਦੇਖਦੇ ਆ ਕਿ ਇਹ ਗਾਣੇ ਦੇ ਵਿੱਚ ਬਾਈ ਨੇ ਕਿਸ ਚੀਜ਼ ਦੀ ਗੱਲ ਕੀਤੀ ਆ ਤੇ ਕਿਸ ਨੂੰ ਟਾਰਗੇਟ ਕੀਤਾ, ਕੀ ਕੀਤਾ। ਆਪਾਂ ਇਹ ਅੱਜ ਗਾਣੇ ਦੇ ਵਿੱਚ ਆਪ ਜੀ ਨੂੰ ਨਾਲ ਦੀ ਨਾਲ ਐਕਸਪਲੇਨ ਕਰਕੇ ਦੱਸਾਂਗੇ, ਹੈ ਨਾ। ਕਿਉਂਕਿ ਟਾਈਟਲ ਦੇ ਨਾਲ ਹੀ ਲੱਗਦਾ ਸੌਂਗ ਦੇ ਨਾਮ ਕੋਈ ਲੱਗਦਾ ਵਾ ਕਿ ਸੌਂਗ 'ਚ ਕੁਛ ਨਾ ਕੁਛ ਪੱਕਾ ਵਧੀਆ ਹੋਊਗਾ ਤੇ ਤਾਂ ਹੀ ਸੌਂਗ ਸੁਣਨ ਲੱਗਿਆ। ਤੇ ਚਲੋ ਫਿਰ ਕਰਦੇ ਹਾਂ ਸ਼ੁਰੂ, ਵੀਡੀਓ ਨਾਲ ਜੁੜੇ ਰਹਿਓ। ਬੰਦਾ ਪੱਗ ਬੰਨ ਕੇ ਕੋਈ ਕੰਮ ਕਰ ਰਿਹਾ, ਇਹਦਾ ਮਤਲਬ ਇਹ ਉਹ ਖਾਲਿਸਤਾਨੀ ਹੈ, ਉਹ ਟੈਰਰਿਸਟ ਆ। ਤੁਸੀਂ ਝੰਡੇ ਚੱਕੀ ਫਿਰੋ, ਤੁਸੀਂ ਪਾਰਟੀਆਂ ਬਣਾ ਕੇ ਪ੍ਰਮੋਟ ਕਰੀ ਸਿੱਧੂ ਦੀ ਬਾਜੀ, ਪਾਕਿਸਤਾਨੀ ਪਾਰਟੀ ਨੂੰ ਸਪੋਰਟ। ਅਸੀਂ ਅਸੀਂ ਤੁਹਾਨੂੰ ਕਿਹਾ ਵੀ ਤੁਸੀਂ ਤੁਸੀਂ ਟੈਰਰਿਸਟ ਹੋ। ਬੋਲਦਾ ਵੀ ਉਹ ਹੈ ਜਿਹੜਾ ਜਮਾਂ ਸਿਰ ਦਾ ਚਵਣ ਨਾਲ ਜੀ ਨੂੰ ਦੁੱਕੀ ਕੋਈ ਸਾਡਾ ਪੁੱਛਦਾ ਨਹੀਂ, ਉਸ ਮਿਹਨਤ ਕਸ਼ ਬੰਦੇ ਨੂੰ ਤੁਸੀਂ ਸਾਂਝਗੀ ਇੱਥੇ ਹੀ ਲੇਖੇ ਦੇਣੇ ਨੇ। ਕੋਈ ਸੁਰਗ ਨਹੀਂ, ਕੋਈ ਨਰਕ ਨਹੀਂ, ਫਾਇਦਾ ਨਹੀਂ ਚੀਕਾਂ ਮਾਰਨ ਦਾ ਜੇ ਗੱਲ ਤੁਹਾਡੀ ਵਿੱਚ ਤਰਕ ਨਹੀਂ। ਜੋ ਆਪਦੇ ਘਰ ਨੂੰ ਕਿਆ ਬਾਤ ਆ। ਇਹਦਾ ਪਿੱਛੇ ਕੰਟਰੋਵਰਸੀ ਛਿੜੀ ਸੀਗੀ ਨਾ, ਤੇ ਇੱਕ ਫੋਟੋ ਨੂੰ ਲੈ ਕੇ, ਕਿਉਂਕਿ ਹੁਣ ਤੱਕ ਜਿੰਨੇ ਵੀ ਗਾਣੇ ਆਏ, ਜਿੰਨੇ ਵੀ ਸਰਦਾਰ ਆਉਂਦੇ ਆ ਨਾ ਸਿੰਗਰ, ਉਹਨਾਂ ਦੇ ਪਤਾ ਨੀ ਕਿਉਂ ਲੱਗਣਾ ਸ਼ੁਰੂ ਕਰ ਦਿੰਦੇ ਆ ਉਹ, ਹੈ ਨਾ। ਉਹਨੂੰ ਖਾਲਿਸਤਾਨ ਦੇ ਨਾਲ ਜੋੜ ਦਿੰਦੇ, ਹਾਲਾਂਕਿ ਉਹਨੇ ਕੋਈ ਗੱਲ ਵੀ ਨੀ ਕੀਤੀ ਹੁੰਦੀ ਇੱਦਾਂ ਦੀ, ਹੈ ਨਾ। ਤੇ ਇਸ ਕਰਕੇ ਉਹ ਬਾਈ ਕਹਿੰਦਾ ਵੀ ਤੁਹਾਨੂੰ ਗਾਣੇ ਚੰਗੇ ਲੱਗਦੇ, ਤੁਹਾਨੂੰ ਪੱਗਾਂ ਚੰਗੀਆਂ ਨੀ ਲੱਗਦੀਆਂ ਹੈਗੀਆਂ। ਬਾਈ ਨੇ ਕਮਾਲ ਕਰਤੀ ਗਾਣੇ ਦੇ ਵਿੱਚ, ਜਿਹੜੀ ਮੇਨ ਵਾ ਬਸ ਉਹਨਾਂ ਦੇ ਜਿਹੜਾ ਅੰਦਰੋਂ ਜਲਨ ਹੈ ਵੀ ਉਹ ਸਿਰਫ ਪੱਗ ਨੂੰ ਲੈ ਕੇ, ਕਹਿੰਦਾ ਦੂਜੇ ਦੇ ਘਰ ਦੇ ਵਿੱਚ ਅੱਗ ਲੱਗੀ ਚੰਗੀ ਲੱਗਦੀ ਹੈ, ਤੁਹਾਨੂੰ ਜਦੋਂ ਆਪਦੇ ਘਰ ਤੇ ਲੱਗਦੀ ਹੈ। ਚਲੋ ਆਓ ਦੇਖਦੇ ਆ ਅੱਗੇ ਬਾਈ ਕਹਿੰਦਾ। ਲਓ ਜੀ ਜਿਹੜੀ ਗੱਲ ਮੈਂ ਤੁਹਾਨੂੰ ਕਹਿੰਦਾ ਸੀ ਪਹਿਲਾਂ, ਬਾਈ ਨੇ ਗਾਣੇ ਜੀ ਕਰਤੀ, ਕਹਿੰਦਾ ਜੇ ਪੱਗ ਬੰਨ ਕੇ ਕੋਈ ਨਾ ਕੋਈ ਗੱਲ ਕਰਦੇ ਵੀ ਉਹਨੂੰ ਖਾਲਿਸਤਾਨ ਨਾਲ ਜੋੜ ਦਿੰਦੇ ਵੀ ਇਹ ਖਾਲਿਸਤਾਨੀ ਨੇ, ਕਿਉਂਕਿ ਅਸਲ 'ਚ ਪ੍ਰੋਬਲਮ ਪਤਾ ਕੀ ਹੈ, ਪੱਗ ਤੋਂ ਪ੍ਰੋਬਲਮ ਹੈ ਉਹਨਾਂ ਨੂੰ। ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਦੁਨੀਆਂ ਦੇ ਵਿੱਚ ਨਾਮ ਚਮਕਾ ਲਿਆ ਸਿੱਧੂ ਨੇ ਜਾਂ ਹੋਰ ਵਧੀਆ ਸਿੰਗਰਾਂ ਨੇ ਜਿਵੇਂ ਸ਼ੁਭ ਨੇ, ਹੈ ਨਾ। ਮਤਲਬ ਟਾਰਗੇਟ ਪੱਗ ਨੂੰ ਕਰਦੇ ਆ, ਹੋਰ ਕੋਈ ਚੱਕਰ ਨਹੀਂ। ਗੱਲ ਵੈਸੇ ਇਹ ਆ ਵੀ ਸਿਰ ਤਿੰਨ ਦੇ ਪੱਗ ਹੈ ਤੇ ਕਿੱਥੇ ਦੁਨੀਆਂ ਦੇ, ਹੈ ਨਾ, ਨਾਮ ਕਮਾਈ ਜਾ ਰਿਹਾ। ਬਾਕੀ ਸ਼ੁਭ ਦੀ ਗੱਲ ਕਰੀਏ, ਉਹ ਸਿਰਫ ਇੱਕ ਕ੍ਰਿਕਟਰ ਪਲੇਅਰਾਂ ਨੂੰ ਹੀ ਜਾਣਦੇ ਆ ਸਾਰੇ, ਉਹਦੇ ਅਨਫੋਲੋ ਕਰਨ ਨਾਲ ਕਿਹੜਾ ਉਹਦੇ ਫੋਲੋ ਘਟਦੇ। ਵਿਰਾਟ ਕੋਹਲੀ, ਵਿਰਾਟ ਕੋਹਲੀ ਉਹ ਕੀ ਆ ਐਵੇਂ ਸਿਰ ਤੇ ਚੜਾਇਆ ਨਾ, ਵਿਰਾਟ ਕੋਹਲੀ ਇੱਕ ਜਣੇ ਦੇ ਫੋਲੋ ਕਰਨ ਨਾਲ ਕਿਤੇ ਕਰੋੜਾਂ ਦਾ ਘਾਟਾ ਪੈ ਜਾਊਗਾ। ਅਨਫੋਲੋ ਕਰਨ ਨਾਲ ਉਹਨੂੰ ਪਤਾ ਨਹੀਂ ਸਾਡੇ ਕਿੰਨੇ ਲੋਕਾਂ ਨੇ ਅਨਫੋਲੋ ਕਰ ਦਿੱਤਾ, ਉਹਨੂੰ ਪਤਾ ਨਹੀਂ ਕਿੰਨੇ ਨੇ ਅਨਫੋਲੋ ਕੀਤਾ ਨਾ ਵਿਰਾਟ ਕੋਹਲੀ ਨੂੰ, ਜਿਹਨੂੰ ਕੋਈ ਪੁੱਛਦਾ ਨਹੀਂ ਹੈਗਾ ਉਹ ਵਿੱਚ ਮੂੰਹ ਚੱਕ ਕੇ, ਹੈ ਨਾ। ਉਹਨੇ ਅਨਫੋਲੋ ਕਰਤਾ ਤੇ ਉਹੀ ਚੀਜ਼ ਨੂੰ ਅੱਗੇ ਲੈ ਗਏ ਲੋਕ, ਕਿੱਥੇ ਲੋਕਾਂ ਨੇ ਸ਼ੇਅਰ ਕਰਨਾ, ਇਹ ਵੀ ਨਹੀਂ ਪਤਾ ਵੀ ਕੀਤਾ ਵੀ ਆ ਜਾਂ ਨਹੀਂ, ਅਜੇ ਉਹ ਵੀ ਕਲੀਅਰ ਨਹੀਂ ਹੈਗਾ, ਹੈ ਨਾ। ਜੇ ਦੋ ਚਾਰ ਜਣੇ ਅਨਫੋਲੋ ਕਰ ਦੇਣਗੇ ਕੀ ਹੋ ਜਾਊਗਾ ਉਹਨਾਂ ਨਾਲ, ਉਹਦੇ ਮਿਲੀਅਨ ਚ ਨੇ ਉਹ ਸਬਸਕ੍ਰਾਈਬਰ, ਹੈ ਨਾ। ਤੇ ਆਪਾਂ ਤਾਂ ਉਹਨੂੰ ਸਪੋਰਟ ਕਰਦੀਆਂ ਪਹਿਲਾਂ ਵੀ, ਆਪਾਂ ਕਾਫੀ ਮਤਲਬ ਅਹਿਮਦਾ ਦਾ ਤਾਂ ਮਾ ਵੀ ਉਹ ਵਧਾ 10,000 ਫਾਲੋਵਰ ਕੈਂਸਲ ਕਰਵਾ ਕੇ ਦਿਖਾ ਲਈ, ਸਹੀ ਗੱਲ ਹੈ। ਵੀ ਇੱਕ ਕ੍ਰਿਕਟਰ ਆ ਜੀ, ਉਹਨੇ ਇੰਨੇ ਜਿਹੜੇ ਲੋਕ ਉਹਨੂੰ ਫਾਲੋ ਕਰਦੇ ਸੀ ਕ੍ਰਿਕਟਰ, ਉਹਨਾਂ ਤੋਂ ਵੀ ਨਾ ਯਾਰ ਕਿਸੇ ਨੇ ਉਹਨੂੰ ਅਨਫੋਲੋ ਕੀਤਾ ਹੋਣਾ, ਉਹਦੇ ਫਾਲੋਵਰ ਵਧੇ ਹੋਣੇ ਚੁੱਪ ਦੇ ਮੇਰੇ ਹਿਸਾਬ ਨਾਲ, ਹੈ ਨਾ, ਵਧੇ ਹੋਣੇ 100% ਵਧੇ ਹੋਣੇ, ਕਿਉਂਕਿ ਹੁਣ ਲੋਕਾਂ ਨੂੰ ਸੋਚਤਾ ਗਈ ਕਿ ਯਾਰ ਹੁਣ ਲੋਕ ਜਾਗਰੂਕ ਹੋ ਗਏ ਅੱਗੇ ਨਾਲੋਂ ਕਿ ਹਰ ਇੱਕ ਸਪੋਰਟ ਕਰਨੀ ਚਾਹੀਦੀ ਹੈ ਵੈਸੇ ਵੀ। ਤੇ ਹੁਣ ਤਾਂ ਹੀ ਸਪੋਰਟ ਸਾਰੇ ਕਰਦੇ ਨੇ ਵੀ, ਹੈ ਨਾ, ਬਾਅਦ ਚ ਪਛਤਾਉਣ ਦਾ ਕੀ ਫਾਇਦਾ, ਹੁਣ ਤਾਂ ਬੰਦੇ ਨਾਲ ਖੜਨਾ ਚਾਹੀਦਾ ਬਿਲਕੁਲ। ਤੇ ਬਾਕੀ ਆ ਬਾਈ ਨੇ ਬਹੁਤ ਵਧੀਆ ਸੌਂਗ ਗਾਇਆ ਵਾ, ਜਿਹੜਾ ਆਪਾਂ ਵਿੱਚ ਸੌਂਗ ਵਿੱਚ ਪਹਿਰਾ ਜਿਹਾ ਸੀਗਾ, ਵਧੀਆ ਗਿਆ ਸੀ ਨਾ ਬਾਈ ਨੇ ਕਿ ਤੁਹਾਨੂੰ ਪੱਗਾਂ ਚੰਗੀਆਂ ਲੱਗ ਦੇਣੀਆਂ। ਹੁਣ ਸਿੱਧੂ ਬਾਈ ਨੇ ਕਿੱਥੇ ਕਿੱਥੇ ਤੱਕ ਲੈ ਗਿਆ ਸੀਗਾ, ਹੁਣ ਕਈ ਕਾਲੇ ਵੀ ਪੱਗਾਂ ਬੰਨਣ ਲੱਗ ਗਏ ਸੀਗੇ, ਮਤਲਬ ਉਹ ਚੀਜ਼ ਵਧੀਆ ਵਾ ਯਾਰ। ਜਗਦੀਪ ਦੋਸਾਂ ਦੇਖੋ ਅਮਰੀਕਾ ਦਾ ਪ੍ਰੈਜ਼ੀਡੈਂਟ, ਕਹਿੰਦਾ ਉਹ ਕਹਿੰਦਾ ਵੀ ਅਸੀਂ ਖੁਦ ਉਹਦੇ ਗਾਣੇ ਗਾਣੇ ਦੀ ਪਲੇਲਿਸਟ ਨਹੀਂ ਖੜਨੇ ਉਹਦੇ। ਚਲੋ ਆਓ ਜੀ ਅੱਗੇ ਸੁਣਦੇ ਹਾਂ, ਉਹ ਵੱਡੀ ਗੱਲ ਆ, ਇਹਨਾਂ ਤੋਂ ਜਿਹੜੀ ਨਹੀਂ ਹੁੰਦੀ।
वाकई सही गल है। ਉਹ ਕਹਿੰਦਾ ਜਿਹੜੇ ਤੀਏ ਦਿਨ ਕਹਿੰਦਾ ਵੀ ਹੋਰ ਗੱਲ ਪਾਗਲ ਬਾਬ ਜਦੋਂ ਕਿਤੇ ਕੋਈ ਮਾੜਾ ਮੋਟਾ ਹੈਗਾ ਨਾ ਗਾਉਣ ਵਾਲਾ ਆ ਜਾਵੇ ਉਹਨੂੰ ਗਾਉਣ ਵੀ ਨੀ ਦਿੰਦੇ ਹੈਗੇ ਵੀ ਪੱਗ ਕਿਉਂ ਪੱਗ ਬੰਨੀ ਹੈ ਗਾਉਂਦਾ ਕਿਉਂ ਹਨਾ ਕਹਿੰਦਾ ਤੇ ਜਿਹਨਾਂ ਨੂੰ ਧਰਮ ਦਾ ਬਾਰੇ ਕੋਈ ਪਤਾ ਨੀ ਹੁੰਦਾ ਹੈਗਾ ਚੱਕ ਕੇ ਧਰਮ ਦੇ ਨਾਮ ਤੇ ਮੁੱਦਾ ਚੱਕ ਲੈਂਦੇ ਹਨ ਹਾਲਾਂਕਿ ਕੋਈ ਵੀ ਧਰਮ ਨੀ ਹੈਗਾ ਜਿਹੜਾ ਕਿਸੇ ਨੂੰ ਮਾੜਾ ਚੰਗਾ ਕਰਨ ਦੇ ਉਹ ਨੀ ਕਹਿੰਦਾ ਹੈ चाहे उस्ताद दी ला लो चाहे ओह कारगिल दी जिहड़ी कई जंगा ने जिन्नियां भी मेन मेन वड्डियां वड्डियां जंगा लड़ियां ने हना ओह सिर्फ केसरी निशाना दे सिर ते लड़ होईयां ने। हुण सिद्धू नूं इक इंटरव्यू च कहा सी किसे ने कहिंदा वी इदां करके खालिस्तान दे की चक्कर आ गया ਉਹ ਕਹਿੰਦਾ ਚੱਕਰ ਕੀ ਹੁਣ ਤੁਸੀਂ ਐਂ ਦੱਸੋ ਕਹਿੰਦਾ ਜਦੋਂ ਕੋਈ ਕਹਿੰਦਾ ਸਾਡਾ ਭਰਾ ਕਹਿੰਦਾ ਕੋਈ ਸ਼ਹੀਦ ਹੋ ਕੇ ਬਾਰਡਰ ਤੋਂ ਆਉਂਦਾ ਤੁਸੀਂ ਉਹਨੂੰ ਖਾਲਿਸਤਾਨੀ ਕਿਉਂ ਨੀ ਕਹਿੰਦੇ ਜੋ ਝੰਡੇ ਚ ਲਪੇਟ ਕੇ ਵਿਚਾਰਾ ਆਉਂਦਾ ਹਨਾ ਉਹ ਸ਼ਹੀਦ ਹੋ ਕੇ ਤੇ ਉਦੋਂ ਦੇਸ਼ ਦਾ ਨਾਮ ਰੋਸ਼ਨ ਕਰਕੇ ਆਉਂਦਾ ਹਨਾ ਤੇ ਉਦੋਂ ਕਿਉਂ ਤੁਸੀਂ ਖਾਲਿਸਤਾਨੀ ਕਹਿੰਦੇ ਹੋ ਉਹਨੂੰ ਹਨਾ ਤੇ ਬਾਰਡਰ ਤੇ ਕਿੰਨੇ ਖੜੇ ਯਾਰ ਪੱਗ ਬੰਨ ਕੇ ਸਿੱਖ ਬੰਦੇ ਹਨਾ ਏਦਾਂ ਨਾ ਨਾ ਕਿਸੇ ਨੂੰ ਉਹ ਕਰਨਾ ਚਾਹੀਦਾ ਜਾਣਦੇ ਸਾਰੀ ਸਿਆਸਤ ਆ ਹਨਾ ਇੱਕ ਦੂਜੇ ਦਾ ਮਗਰ ਲੱਗਣ ਦੀ ਕੋਈ ਲੋੜ ਨਹੀਂ ਕਿਸੇ ਨੂੰ ਹਨਾ ਬਹੁਤ ਵਧੀਆ ਗੱਲ ਕਹੀ ਆ ਪਰ ਬਾਈ ਨੂੰ ਆਪਣਾ ਵਿਚਾਰ ਰੱਖਣਾ ਚਾਹੀਦਾ ਮਤਲਬ ਇੰਨੇ ਵਧੀਆ ਅੱਜ ਕੱਲ ਸੌਂਗ ਕਾਫੀ ਵਧੀਆ ਵੀ ਆ ਰਹੇ ਆਪਾਂ ਕਹੀਏ ਨਾ ਵੀ ਨਸ਼ੇ ਤੇ ਨੀ ਨਸ਼ੇ ਤੇ ਚਲੋ ਆਉਂਦੇ ਆ ਉਹ ਵੀ ਲੋਕ ਸੁਣਦੇ ਆ ਪਰ ਆਹ ਚੀਜ਼ਾਂ ਸੁਣਨੀਆਂ ਬਹੁਤ ਜ਼ਰੂਰੀ ਨੇਗੇ ਇਹ ਚੀਜ਼ਾਂ ਨੂੰ ਫੋਲੋ ਕਰਿਆ ਕਰੋ ਸੁਣ ਪਤਾ ਕੀ ਆ ਅਸੀਂ ਆਹ ਫਾਲਤੂ ਚੀਜ਼ਾਂ ਨੂੰ ਬੜਾ ਫੋਲੋ ਕਰਦੇ ਹਾਂ ਬਾਈ ਨੇ ਹੁਣ ਇਕੱਲੀ ਇਕੱਲੀ ਗੱਲ ਸੱਚ ਕਹੀ ਆ ਕਹਿੰਦਾ ਜਦੋਂ ਤਾਂ ਅਸੀਂ ਪੱਗ ਬੰਨ ਕੇ ਗਾਉਂਦੇ ਹਾਂ ਤੁਸੀਂ ਉਹਨੂੰ ਖਾਲਿਸਤਾਨ ਨਾਲ ਜੋੜ ਦਿੰਦੇ ਹੋ ਵੀ ਖਾਲਿਸਤਾਨੀ ਆ ਤੇ ਸਾਨੂੰ ਤੁਸੀਂ ਗਾਉਣ ਦਿੰਦੇ ਨੀ ਹੈਗੇ ਪੱਗ ਬੰਨ ਕੇ ਹਨਾ ਪੱਗਾਂ ਤੋਂ ਤੁਸੀਂ ਇੰਨਾ ਛੱਡਦੇ ਹੋ ਫਿਰ ਤੁਸੀਂ ਬਾਅਦ ਚ ਆਪਦੀਆਂ ਵਾਲੀਆਂ ਕੋਲ ਤੁਰਦੇ ਨੇ ਜਦੋਂ ਬਾਰਡਰਾਂ ਤੇ ਲੜਾਈ ਦੀ ਜ਼ਰੂਰਤ ਉੱਥੇ ਫੌਜੀਆਂ ਦੀ ਜ਼ਰੂਰਤ ਪੈਂਦੀ ਹੋਊ ਹੁਣ ਸ਼ੋਭ ਦਾ ਉਹਨਾਂ ਨੇ ਉਹ ਕੈਂਸਲ ਕਰਵਾ ਤਾ ਉਹ ਸੀਗਾ ਕਿਤੇ ਉਹਨਾਂ ਸ਼ੋਅ ਸੀ ਮੁੰਬਈ ਦੇ ਵਿੱਚ ਸੀਗਾ ਦੱਸੋ ਉਹਦੇ ਦੱਸ ਸ਼ੋਅ ਕੈਂਸਲ ਕਰਨ ਨਾਲ ਕਿਹੜਾ ਉਹਨੂੰ ਕੋਈ ਘਾਟਾ ਪੈ ਗਿਆ ਹਨਾ ਐਵੇਂ ਲੋਕਾਂ ਦੀਆਂ ਨਾ ਬਸ ਜੈਲ ਸੀ ਨਹੀਂ ਜਾਂਦੀ ਹੈਗੀ ਦਿਲ ਚੋਂ ਅਸੀਂ ਬਿਨਾਂ ਗੱਲ ਤੋਂ ਆਪਾਂ ਸਪੋਰਟ ਕਰਦੇ ਸ਼ੋਭ ਬਾਈ ਨੂੰ ਹਰ ਇੱਕ ਨੂੰ ਸਪੋਰਟ ਕਰਦੇ ਹਾਂ ਕਿਉਂਕਿ ਸਾਡੇ ਪੰਜਾਬੀ ਵੀਰ ਭਰਾ ਨੇ ਸਾਰੇ ਹਨਾ ਜੇ ਆਪਾਂ ਨਹੀਂ ਖੜਾਂਗੇ ਤਾਂ ਹੋਰ ਕੌਣ ਖੜੂਗਾ ਹਨਾ ਬਾਕੀ ਸੌਂਗ ਦੀ ਗੱਲ ਕਰੀਏ ਬਾਈ ਨੇ ਇਕੱਲੀ ਇਕੱਲੀ ਚੀਜ਼ ਬਹੁਤ ਇਕੱਲੀ ਇਕੱਲੀ ਲੈਣ ਜਿਹੜੀ ਸੀਗੀ ਬਹੁਤ ਸੋਚ ਸਮਝ ਕੇ ਲੱਗੀ ਜਿਹਦੇ ਬਿਲਕੁਲ ਸੱਚਾਈ ਸੀਗੀ ਤੇ ਸੌਂਗ ਦੇ ਜਿਹੜਾ ਨਾਮ ਰੱਖਿਆ ਰਿਐਲਿਟੀ ਚੈੱਕ ਬਿਲਕੁਲ ਸਹੀ ਬਾਈ ਏਦਾਂ ਦੀ ਚੀਜ਼ਾਂ ਅਸੀਂ ਸੁਣਾਂਗੇ ਏਦਾਂ ਦੀ ਚੀਜ਼ਾਂ
ਨੂੰ ਅਸੀਂ ਸਮਝਾਂਗੇ ਫਿਰ ਪਤਾ ਲੱਗਣਾ ਵੀ ਅਸਲ 'ਚ ਸਿਆਸਤ ਜਿਹਨੂੰ ਕਹਿੰਦੇ ਆ ਬਾਈ ਨੇ ਪੂਰੀ ਸਿਆਸਤ ਫੋਲ ਕੇ ਰੱਖ ਦਿੱਤੀ ਵੀ ਸਿਆਸਤ ਦੇ ਵਿੱਚ ਧਰਮ ਦੇ ਨਾਂ 'ਤੇ ਲੜਾ ਦਿੰਦੇ ਆ ਪਰ ਕੋਈ ਵੀ ਧਰਮ ਆਪਸੀ ਕਲੇਸ਼ ਤੋਂ ਬੜੇ ਬਹੁਤ ਪਰੇ ਆ ਨਾ ਉਹ ਚੀਜ਼ਾਂ ਨਹੀਂ ਕਹਿੰਦਾ ਹੈਗਾ ਵੀ ਇੱਕ ਦੂਜੇ ਦਾ ਸਿਰ ਪਾੜ ਦਿਉ ਜਾਂ ਇੱਕ ਦੂਜੇ ਨੂੰ ਮਾਰ ਦਿਉ ਵੀ ਆਹ ਧਰਮ ਨੂੰ ਉੱਚਾ ਕਹੋ ਆਹ ਧਰਮ ਨੂੰ ਨੀਵਾਂ ਕਹੋ ਉਹਨਾਂ ਨੇ ਤਾਂ ਇੱਕ ਬੰਦੇ ਨੂੰ ਬਰਾਬਰਤਾ ਦਿੱਤੀ ਬਰਾਬਰ ਪਹਿਲਾਂ ਇੱਕ ਧਰਮ ਪਹਿਲਾਂ ਧਰਮਾਂ ਨੂੰ ਬਾਅਦ 'ਚ ਬਚਾ ਲਿਓ ਪਹਿਲਾਂ ਇਨਸਾਨ ਮਾਰ ਦਿਉ ਚੰਗੇ ਬਿਲਕੁਲ ਚਲੋ ਠੀਕ ਹੈ ਜੀ ਸੌਂਗ ਬਹੁਤ ਵਧੀਆ ਸੀਗਾ ਅਤੇ ਬਹੁਤ ਵਧੀਆ ਰਾਈਟਰ ਨੇ ਜਿਹੜੇ ਅੱਜ ਕੱਲ੍ਹ ਇੱਦਾਂ ਦੇ ਸੌਂਗ ਲੈ ਕੇ ਆ ਰਹੇ ਨੇ ਸੋ ਬਹੁਤ ਵਧੀਆ ਬਾਈ ਨੇ ਸੌਂਗ ਆਇਆ ਹੈ ਨਾ ਪਤਾ ਕੀ ਹੁਣ ਜੇ ਦੁਨੀਆਂ ਦੇ ਵਿੱਚ ਕੀ ਚੱਲ ਰਿਹਾ ਜੇ ਉਹਦੇ ਬਾਰੇ ਸਾਨੂੰ ਨਹੀਂ ਪਤਾ ਹੁੰਦਾ ਕੋਈ ਨਾ ਕੋਈ ਵਧੀਆ ਰਾਈਟਰ ਆਉਂਦਾ ਉਹ ਗਾਣਾ ਲਿਖ ਕੇ ਦਿੰਦਾ ਫਿਰ ਜਿਹੜਾ ਉਹ ਅੱਗੇ ਗਾਉਣ ਵਾਲਾ ਗਵਈਆ ਹੁੰਦਾ ਸਿੰਗਰ ਹੁੰਦਾ ਉਹ ਗਾਣੇ ਦੇ ਜਦੋਂ ਲਫ਼ਜ਼ਾਂ ਨੂੰ ਬੋਲਦਾ ਅੰਤਰਿਆਂ ਨੂੰ ਅਸਥਾਈ ਨੂੰ ਬੋਲਦਾ ਵਾ ਉਹ ਸਾਰਾ ਜਿਹੜਾ ਉਹ ਸਮਾਂ ਚੱਲ ਰਿਹਾ ਹੁੰਦਾ ਉਹ ਸਮੇਂ ਨੂੰ ਗਾਣੇ ਦੇ ਰੂਪ 'ਚ ਬਿਆਨ ਕਰ ਦਿੰਦਾ ਮਤਲਬ ਫਿਰ ਸਾਨੂੰ ਜ਼ਿਆਦਾ ਨਿਊਜ਼ ਦੇਖਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਗਾਣੇ ਤੋਂ ਹੀ ਪਤਾ ਲੱਗ ਜਾਂਦਾ ਅੰਦਾਜ਼ਾ ਲਾ ਸਕਦੇ ਹੁੰਦੇ ਹਾਂ ਵੀ ਇਸ ਟਾਈਮ ਕਿੱਦਾਂ ਦਾ ਸਮਾਂ ਚੱਲ ਰਿਹਾ ਵਾ ਅਤੇ ਕੌਣ ਸਹੀ ਆ ਕੌਣ ਗਲਤ ਹੈ ਕਿਉਂਕਿ ਅੱਜ ਕੱਲ੍ਹ ਰਾਈਟਰ ਨੇ ਗੇ ਚਾਹੇ ਨਿਊਜ਼ ਪੜ੍ਹ ਕੇ ਚਾਹੇ ਨਿਊਜ਼ ਦੇਖ ਕੇ ਅਖਬਾਰ ਪੜ੍ਹ ਕੇ ਹੈ ਨਾ ਤੇ ਹੁਣ ਤੁਸੀਂ ਲੈ ਸਕਦੇ ਨੇ ਆ ਬਾਈ ਨੇ ਕਿੰਨੀ ਵਧੀਆ ਉਹਦੇ ਵਿੱਚ ਗੱਲਾਂ ਪਹਿਰੇ ਫਿੱਟ ਕੀਤੇ ਆ ਬਹੁਤ ਵਧੀਆ ਰਿਪੋਰਟਰਾਂ ਬਾਰੇ ਵੀ ਕਹਿਦਾ ਤੇ ਬਾਕੀ ਚੀਜ਼ਾਂ ਬਾਰੇ ਵੀ ਬਹੁਤ ਵਧੀਆ ਗੱਲ ਵਾ ਹਨਾ ਇਦਾਂ ਦੇ ਸਿੰਗਰ ਹੋਣੇ ਚਾਹੀਦੇ ਆ ਵਧੀਆ ਕਿਉਂਕਿ ਧਰਮ ਦੇ ਧਰਮ ਨੂੰ ਇਹਨੇ ਇਦਾਂ ਦੇ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਆਪਸੀ ਪਿਆਰ ਦੀ ਗੱਲ ਕਰਨ ਤੇ ਜਿਹੜੇ ਨਫ਼ਰਤਾਂ ਨੂੰ ਮਿਟਾਉ ਫੈਲਾਉਣ ਵਾਲੇ ਲੋਕਾਂ ਨੂੰ ਸਾਹਮਣੇ ਲੈ ਕੇ ਪਤਾ ਕਿ ਕਿਸੇ ਬੰਦੇ ਨੂੰ ਤਾਂ ਸੁਣਤਾ ਉਹ ਗਾਣਾ ਸੁਣ ਕੇ ਵੀ ਹਾਂ ਗਲਤ ਹੋ ਰਿਹਾ ਤੇ ਚਲੋ ਫਿਰ ਨੈਕਸਟ ਵੀਡੀਓ ਚ ਮਿਲਦੇ ਆ ਤੇ ਸਾਨੂੰ ਸੌਂਗ ਬਹੁਤ ਵਧੀਆ ਲੱਗਿਆ ਤੁਹਾਨੂੰ ਕਿੱਦਾਂ ਸੌਂਗ ਲੱਗਿਆ ਤੇ ਕਮੈਂਟ 'ਚ ਜ਼ਰੂਰ ਦੱਸਿਓ ਤੇ ਸਾਡਾ ਰਿਐਕਸ਼ਨ ਕਿੱਦਾਂ ਲੱਗਿਆ ਗਾਣਾ ਕਿੱਦਾਂ ਲੱਗਿਆ ਉਹਦੇ ਅੰਤਰੀ ਕਿੱਦਾਂ ਲੱਗਿਆ ਬਾਈ ਨੇ ਗਾਣਾ ਬਹੁਤ ਮਿਹਨਤ ਕਰਕੇ ਲਿਖਿਆ ਤੇ ਗਾਇਆ ਤੇ ਮਿਲਦੇ ਆ ਫਿਰ ਅਗਲੀ ਵੀਡੀਓ 'ਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ 'ਚ ਸਤਿ ਸ਼੍ਰੀ ਅਕਾਲ।